ਗੁਰਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਐਸੇ ਦੀਨ ਦੇয়াল ਸਤਿਗੁਰੂ ਰਹਿਮਤੇ ਹਰ ਗੰਝ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਦੇ ਰਚਨਹਾਰ ਕਲਗੀਧਰ ਪਾਤਸ਼ਾਹ ਤਨਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਮਹਿਮਾ ਕਹਿਣ ਤੇ ਕਥਨ ਤੋਂ ਬਾਹਰ ਹੈ ਅਪਰੰਪਾਰ ਹੈ ਬੇਅੰਤ ਹੈ ਅਨੰਤ ਹੈ ਅਗਾਹ ਹੈ ਅਥਾ ਸੋ ਉਹਨਾਂ ਦਾ ਪਾਵਨ ਜੀਵਨ ਸਤਗੁਰੂ ਗਰੀਬ ਨਿਵਾਜ਼ ਜਿੱਥੇ ਭਗਤ ਵਛਲ ਨੇ ਉਥੇ ਦੀਨਾ ਨਾਥ ਵੀ ਨੇ ਜਿੱਥੇ ਸਮਰੱਥ ਨੇ ਉਥੇ ਨਿਮਰਤਾ ਦੇ ਪੁੰਜ ਵੀ ਰਹਿ ਸਤਗੁਰਾਂ ਨੇ ਸਮੁੱਚੇ ਧਰਮਾਂ ਦਾ ਸਤਕਾਰ ਕਰਨ ਦਾ ਚਾਜ ਦਰਸਾਇਆ ਜਦੋਂ ਸਤਗੁਰੂ ਹਰ ਗੋਬਿੰਦਪੁਰ ਸ਼ਹਿਰ ਵਸਾਰੇ ਸੁਣ ਦੂਰ ਦੁਰਾਡੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਸੁਨੇਹ ਭੇਜੇ ਗਏ ਕਿ ਹਰ ਗੋਬਿੰਦਪੁਰ ਸ਼ਹਿਰ ਦੇ ਵਿੱਚ ਆਣ ਕੇ ਟਿਕਾਣਾ ਕਰੋ ਇੱਥੇ ਰਿਹائش ਕਰੋ ਇੱਥੇ ਵਪਾਰ ਕਰੋ ਕਈ ਪ੍ਰਕਾਰ ਦੇ ਵਪਾਰੀਆਂ ਨੂੰ ਕਾਰੀਗਰਾਂ ਨੂੰ ਉਚੇਚੇ ਤੌਰ ਤੇ ਸਨੇਹ ਘਲੇ ਗਏ ਗੁਰੂ ਕੇ ਸਿੱਖ ਬਚਨ ਮੰਨ ਕੇ ਪਰਿਵਾਰਾਂ ਸਹਿਤ ਹਰ ਗੋਬਿੰਦਪੁਰੇ ਪਹੁੰਚੇ ਤੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਸਤਗੁਰਾਂ ਨੇ ਲੱਕੜਹਾਰੇ ਠਠਿਆਰੇ ਸੁਨਿਆਰੇ ਲੋਹਾਰ ਜੋੜੀ ਪਿੱਤਲ ਤਾਂਬੇ ਦਾ ਕੰਮ ਕਰਨ ਵਾਲੇ ਹਰ ਪ੍ਰਕਾਰ ਦੇ ਕਾਰੀਗਰ ਇੱਥੇ ਵਸਾਏ ਸਤਿਗੁਰੂ ਸੱਚੇ ਪਾਤਸ਼ਾਹ ਮੌਜ ਵਿੱਚ ਬਿਰਾਜਮਾਨ ਸਨ ਕੁਝ ਕੁ ਮੁਸਲਮਾਨ ਵੀਰ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਸਤਿਗੁਰੂ ਆਪ ਜੀ ਕਿਰਪਾ ਕਰਕੇ ਜੋ ਇਹ ਸ਼ਹਿਰ ਵਸਾਰੇ ਹੋ ਦੂਰ ਦੁਰਾਡੇੋਂ ਵਪਾਰੀ ਕਾਰੀਗਰ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਨੇ ਮੁਬਾਰਕ ਹੈ ਪਰ ਸਤਿਗੁਰੂ ਕਿਰਪਾ ਕਰਕੇ ਇਹ ਦੱਸਣਾ ਕਰੋ ਨਾ ਕਿ ਅਸੀਂ ਮੁਸਲਮਾਨ ਇਸ ਸ਼ਹਿਰ ਦੇ ਵਿੱਚ ਨਹੀਂ ਵੱਸ ਸਕਦੇ ਕੀ ਸਾਨੂੰ ਇੱਥੇ ਵੱਸਣ ਦਾ ਹੁਕਮ ਨਹੀਂ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਸਹਿਤ ਉੱਤਰ ਦਿੱਤਾ ਗੁਰੂ ਨਾਨਕ ਦਾ ਕਰ ਸਭ ਦਾ ਸਾਂਝਾ ਕਰ ਹੈ ਇੱਥੇ ਕੋਈ ਜਾਤ ਪਾਤ ਦਾ ਊਚ ਨੀਚ ਦਾ ਨਿੱਕੇ ਵੱਡੇ ਦਾ ਮੇਰ ਤੇਰ ਦਾ ਵਿਤਕਰਾ ਨਹੀਂ ਸਗੋਂ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨਾਈ। ਗੁਰਦਾਨਕ ਦੇ ਕਰਦਾ ਇਹ ਸਿਧਾਂਤ ਹੈ। ਤੁਸੀਂ ਇੱਥੇ ਵੱਸੋ ਰਸੋ ਕੋਈ ਮਨਾਈ ਨਹੀਂ। ਹੱਥ ਜੋੜ ਬਿਨੇ ਕੀਤੀ ਜੀ ਅਸੀਂ ਖੁਦਾਵੰਦ ਨੂੰ ਮੰਨਣ ਵਾਲੇ ਆਂ ਪੰਜ ਵਕਤ ਦੀ ਨਮਾਜ਼ ਪੜਨ ਵਾਲੇ ਆ ਸਾਡਾ ਅਕੀਦਾ ਕੁਰਾਨੇ ਪਾਕ ਤੇ ਆ ਤੁਸੀਂ ਜਾਣਦੇ ਹੋ ਉਸ ਸੋਹਣੇ ਰੱਬ ਦਾ ਵਰੋਸਾਇਆ ਮੁਸਲਮਾਨ ਪੰਜ ਵਕਤ ਮਸਜਿਦ ਦੇ ਵਿੱਚ ਨਮਾਜ਼ ਪੜਦਾ ਹੈ ਪਰ ਸਤਿਗੁਰੂ ਇਸ ਸ਼ਹਿਰ ਵਿੱਚ ਕੋਈ ਮਸਜਿਦ ਤਾਮੀਰ ਨਹੀਂ ਹੋਈ ਤੇ ਤਾਂ ਕਰ ਸਾਨੂੰ ਲੱਗਾ ਸ਼ਾਇਦ ਸਾਨੂੰ ਇੱਥੇ ਰਹਿਣ ਦੀ ਆਗਿਆ ਨਹੀਂ ਜੇ ਤੁਸੀਂ ਹੁਕਮ ਕਰੋ ਤੇ ਅਸੀਂ ਮੁਸਲਮਾਨ ਭਾਈਚਾਰਾ ਮਿਲ ਕੇ ਮਸਜਿਦ ਦੀ ਤਾਮੀਰ ਕਰ ਲਈਏ ਮੇਰੇ ਸੋਹਣੇ ਸਤਿਗੁਰੂ ਨੇ ਜਵਾਬ ਦਿੱਤਾ ਨਹੀਂ ਬੜੇ ਹੈਰਾਨ ਹੋਏ ਸਤਿਗੁਰੂ ਸਾਨੂੰ ਹਰ ਗੋਬਿੰਦਪੁਰੇ ਵਿੱਚ ਮਸੀਤ ਤਮੀਰ ਕਰਨ ਦੀ ਆਗਿਆ ਨਹੀਂ ਮੇਰੇ ਕਲਗੀਆਂ ਵਾਲੇ ਪ੍ਰੀਤਮ ਤਨ ਛੇਵੇਂ ਪਾਤਸ਼ਾ ਤਾਜ ਤੇ ਬਾਜ ਦੇ ਮਾਲਕ ਬੜੇ ਪ੍ਰੇਮ ਵਿੱਚ ਬਚਨ ਕੀਤਾ ਮੇਰੇ ਮੁਸਲਮਾਨ ਬੱਚਿਓ ਤੁਹਾਡੇ ਲਈ ਨਮਾਜ਼ ਅਦਾ ਕਰਨ ਸਦਕਾ ਮਸੀਤ ਜ਼ਰੂਰ ਤਾਮੀਰ ਹੋਏਗੀ ਪਰ ਇਹ ਮਸੀਤ ਤੁਸੀਂ ਨਹੀਂ ਬਣਾਓਗੇ ਗੁਰੂ ਕੇ ਸਿੱਖ ਬਣਾਉਣਗੇ ਇਤਿਹਾਸ ਗਵਾਹ ਹੈ ਹਰ ਗੋਬਿੰਦਪੁਰਾ ਉਸ ਸਮੇਂ ਜੋ ਗੁਰੂ ਕੇ ਸਿੱਖਾਂ ਵੱਲੋਂ ਸਤਿਗੁਰੂ ਦੀ ਦੇਖ ਰੇਖ ਹੇਠ ਮੁਸਲਮਾਨ ਵੀਰਾਂ ਦੇ ਲਈ ਮਸੀਤ ਤਾਮੀਰ ਹੋਈ ਉਸ ਦਾ ਨਾਂ ਗੁਰੂ ਕੀ ਮਸੀਤ ਅੱਜ ਵੀ ਹਰ ਗੋਬਿੰਦਪੁਰਾ ਵਿਖੇ ਉਹ ਮਸੀਤ ਮੌਜੂਦ ਹੈ ਜਿਸ ਨੂੰ ਗੁਰੂ ਕੀ ਮਸੀਤ ਕਿਹਾ ਜਾਂਦਾ ਹੈ ਐਸੇ ਮੇਰੇ ਸੋਹਣੇ ਸਤਿਗੁਰੂ ਜੋ ਰਹਿਮਤਾਂ ਤੇ ਬਖਸ਼ਿਸ਼ਾਂ ਦੇ ਸਾਗਰ ਹਨ ਪਲਾ ਸਤਗੁਰੂ ਦੀਨदयाल ਵਰਗਾ ਦੂਜਾ ਕੌਣ ਹੈ ਸੋ ਸਤਗੁਰੂ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਹਲਤ ਪਲਤ ਕੇ ਰਾਖੇ ਜਦੋਂ ਪੜਦੇ ਆ ਨਾ ਜਪ ਸਾਹਿਬ ਦੀ ਬਾਣੀ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰ ਸੱਚੇ ਪਾਤਸ਼ਾਹ ਦੇ ਜੀਵਨ ਤੇ ਇਨ ਬਿਨ ਇਹ ਸਮੁੱਚੇ ਅਲਫਾਜ਼ ਟੁਕਦੇ ਹਨ ਕਰਗੀ ਤਰ ਪਾਤਸ਼ਾਹ ਨੇ ਜੋ ਬਚਨ ਅ ਨਿਰੰਕਾਰ ਪਰਮੇਸ਼ਵਰ ਦੇ ਪ੍ਰਥਾਏ ਉਚਾਰਨ ਕੀਤੇ ਗੁਰੂ ਹਿੱਤਾ ਪਰਮੇਸ਼ਵਰ ਦਾ ਨਿਜ ਸਰੂਪ ਸਤਗੁਰੂ ਜਿੱਥੇ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਇਲਾਕਾ ਨਿਵਾਸੀਆਂ ਦੇ ਭਲੇ ਖਾਤਰ ਕਈ ਪ੍ਰਕਾਰ ਦੇ ਕਦਮ ਉਠਾ ਰਹੇ ਸਨ ਦੂਜੇ ਪਾਸੇ ਮੁਗਲਾਂ ਵੱਲੋਂ ਨਿਤ ਨਵੇਂ ਝਗੜੇ ਪਾ ਕੇ ਛੋਟੀਆਂ ਵੱਡੀਆਂ ਜੰਗਾਂ ਹੁੰਦੀਆਂ ਰਹਿੰਦੀਆਂ ਸਨ ਸਨ 1631 ਸਤਗੁਰਾਂ ਨੂੰ ਤਨ ਬਾਬਾ ਬੁੱਢਾ ਜੀ ਦੇ ਸਰੀਰ ਕਰਕੇ ਟਿਲੇ ਹੋਣ ਦੀ ਖਬਰ ਪ੍ਰਾਪਤ ਹੋਈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ RAMDAS پور ਪਹੁੰਚੇ ਤਨ ਬਾਬਾ ਬੁੱਢਾ ਜੀ ਇੱਥੇ ਸਰੀਰ ਤਿਆਗਣ ਦੀ ਤਿਆਰੀ ਸਰੀਰ ਕਰਕੇ ਲੰਮੇ ਪਏ ਨੇ ਜਿਵੇਂ ਸਿੱਖਾਂ ਨੂੰ ਪਤਾ ਲੱਗਾ ਧੰਨ ਬਾਬਾ ਬੁੱਢਾ ਜੀ ਦੇ دیدار ਕਰਨ ਪਹੁੰਚੇ ਛੇਵੇਂ ਪਾਤਸ਼ਾਹ ਨੂੰ ਸਨੇਹ ਭੇਜ ਦਿੱਤੇ ਗਏ ਕੁਝ ਸਿੱਖ ਧੰਨ ਬਾਬਾ ਬੁੱਢਾ ਜੀ ਦੇ ਚਰਨਾਂ ਵੱਲ ਆਣ ਖਲੋਤੇ ਹੱਥ ਜੋੜ ਬਿਨੈ ਕੀਤੀ ਬਾਬਾ ਜੀ ਤੁਸਾਂ 113 ਵਰੇ ਸਿੱਖੀ ਕਮਾਈ ਕਦੇ ਬਾਬਾ ਜੀ ਦਾ ਇਤਿਹਾਸ ਪੜ੍ਹੀ ਹੈ ਤਾਂ ਬਾਬਾ ਬੁੱਢਾ ਜੀ ਦੀ ਦੁਨਿਆਵੀ ਅਰਜਾ ਲਗਭਗ 125 ਵਰੇ 6 ਪਾਤਸ਼ਾਹੀਆਂ ਤੱਕ ਗੁਰਤਾ ਗੱਦੀ ਤੇ ਬਿਰਾਜਮਾਨ ਕਰਨ ਸਮੇ ਤਿਲਕ ਲਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਅਦਾ ਕੀਤੀ ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਹਥੀਂ ਸੇਵਾ ਕੀਤੀ ਅਸੀਸਾਂ ਪ੍ਰਾਪਤ ਕੀਤੀਆਂ ਬਾਲ ਉਮਰੇ ਹੀ ਆਪ ਆਪੇ ਪਰਮੇਸ਼ਵਰ ਆਦ ਗੁਰੂ ਧੰ ਗੁਰੂ ਨਾਨਕ ਦੇਵ ਜੀ ਦੀਆਂ ਅਸੀਸਾਂ ਪ੍ਰਾਪਤ ਹੋਈਆਂ ਸਨ ਇਨ੍ਹਾਂ ਨੇਤਰਾ ਨਾਲ ਪਹਿਲੀ ਪਾਤਸ਼ਾਹੀ ਤੋਂ 6ਵੀਂ ਪਾਤਸ਼ਾਹੀ ਤੱਕ ਆਪ ਦیدار ਕੀਤੇ 7ਵੀਂ ਤੇ 9ਵੀਂ ਪਾਤਸ਼ਾਹੀ ਨੂੰ ਵੀ ਤਨ ਬਾਬਾ ਬੁੱਢਾ ਜੀ ਨੇ ਅੱਖੀ ਡਿਠਾ ਅਜੇ ਗੁਰੂ ਹਰਰਾਇ ਸਾਹਿਬ ਤੇ ਗੁਰਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਸਨ ਹੋਏ ਸਿੱਖੀ ਦੇ ਮਹਿਲ ਉਸਾਰਨ ਦੇ ਵਿੱਚ ਤਨ ਬਾਬਾ ਬੁੱਢਾ ਜੀ ਦਾ ਬਹੁਤ ਵੱਡਾ ਯੋਗਦਾਨ ਸ੍ਰੀ ਹਰਮੰਦਰ ਸਾਹਿਬ ਸਨ 1604 ਜਦੋਂ ਆਦ ਬੀੜ ਦਾ ਪ੍ਰਕਾਸ਼ ਹੋਇਆ ਤੇ ਪੰਥ ਦੇ ਪਹਿਲੇ ਗ੍ਰੰਥੀ ਬ੍ਰह्म ਗਿਆਨਤਾ ਦੀ ਮੂਰਤ ਲਗਭਗ 12 ਵਰਿਆਂ ਦੇ ਸਨ ਜਦੋਂ ਗੁਰੂ ਨਾਨਕ ਦੀ ਸੰਗਤ ਕੀਤੀ ਸੋ ਇਸੇ ਹਿਸਾਬ ਨਾਲ ਲਗਭਗ 113 ਵਰੇ ਸਿੱਖੀ ਕਮਾਈ ਜਦੋਂ ਸਿੱਖਾਂ ਨੇ ਚਰਣਾਵਲ ਆਣ ਬੇਨਤੀ ਕੀਤੀ ਬਾਬਾ ਜੀ ਤੁਸੀਂ 113 ਵਰੇ ਸਿੱਖੀ ਕਮਾਈ ਏ ਸਰੀਰ ਤਿਆਗਣ ਦਾ ਸਮਾਂ ਨੇਰੇ ਹੈ ਕਿਰਪਾ ਕਰਕੇ ਦੱਸੋ ਨਾ ਸਿੱਖੀ ਦਾ ਮੂਲ ਕੀ ਤਨ ਬਾਬਾ ਬੁੱਢਾ ਜੀ ਦਾ ਇਤਿਹਾਸਕ ਬਚਨ ਕਈ ਇਤਿਹਾਸਕਾਰਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਹ ਬਾਬਾ ਜੀ ਦਾ ਅਖੀਰਲਾ ਬਚਨ ਸੀ ਫਿਰ ਬਾਬਾ ਜੀ ਸਰੀਰ ਤਿਆਗ ਗਏ ਸੋ ਇਹ ਬਚਨ ਕੀ ਕੀਤਾ ਸੇਖ ਬਾਣੀ ਪੜੇ ਨਾਮ ਜਪੇ ਦਸਾਂ ਨੌਾਂ ਦੀ ਕਿਰਤ ਕਰੇ ਪਰਿਵਾਰ ਨੂੰ ਪਾਲਣਾ ਕਰੇ ਹੱਥੀਂ ਸੇਵਾ ਕਰੇ ਨਿਮਰਤਾ ਵਿੱਚ ਰਵੇ ਪਰ ਇਹ ਸਭ ਕੁਝ ਕਰਦਿਆਂ ਟੇਕ ਇੱਕ ਦੀ ਰੱਖੇ ਗੁਰਸਿੱਖ ਦੀ ਟੇਕ ਨਾ ਹਿੱਲੇ ਏਸੀ ਬਾਬਾ ਜੀ ਦੇ ਸਾਰੇ ਜੀਵਨ ਦੀ ਕਮਾਈ ਦਾ ਮੂਲ ਸਰੀਰ ਤਿਆਗ ਦਿੱਤਾ 6ਵੇਂ ਪਾਦਸ਼ਾ ਜਦੋਂ ਪਹੁੰਚੇ ਤੇ ਆਪ ਬਾਬਾ ਬੁੱਢਾ ਜੀ ਦੇ ਸਰੀਰ ਨੂੰ ਮੋਢਾ ਦਿੱਤਾ ਆਪ ਹਥੀ ਤਨ ਬਾਬਾ ਬੁੱਢਾ ਜੀ ਦਾ ਸਸਕਾਰ ਕੀਤਾ ਤਨ ਬਾਬਾ ਬੁੱਢਾ ਜੀ ਤੇ ਤਨ ਆਪ ਜੀ ਦੀਆਂ ਨੇਕ ਕਮਾਈਆਂ ਜੋ ਸਤਗੁਰਾਂ ਨੇ ਆਪ ਆਪ ਜੀ ਦਾ ਅੰਤਮ ਵੇਲਾ ਸੰਭਾਲਿਆ ਉਥੇ ਹੀ ਸਤਗੁਰੂ ਨੂੰ ਕਾਬਲ ਤੋਂ ਆਏ ਇੱਕ ਮਸੰਦ ਨੇ ਦੱਸਿਆ ਕਿ ਆਪ ਜੀ ਲਈ ਬੇਸ਼ਕੀਮਤੀ ਘੋੜੇ ਪੇਟਾ ਕਰਨ ਲਈ ਲਿਆ ਰਿਆ ਸੀ ਤੇ ਲਾਹੌਰ ਦੇ ਨਵਾਬ ਇਨਾਇਤ ਉੱਲਾਹ ਖਾਨ ਦੇ ਕਹਿਣ ਤੇ ਫੌਜਦਾਰ ਲੱਲਾ ਬੇਗ ਨੇ ਖੋਲੇ ਨੇ ਪੈਬੀਦੀ ਚਾਂਜੀ ਨੇ ਇਹ ਜ਼ਿੰਮੇਵਾਰੀ ਆਪਣੇ ਤੇ ਲਈ ਤੇ ਉਹ ਦੋਵੇਂ ਘੋੜੇ ਗੁਰੂ ਘਰ ਦੀ ਅਮਾਨਤ ਵਾਪਸ ਗੁਰੂ ਘਰ ਲੈ ਆਂਦੇ। ਲੱਲਾ ਬੇਗ ਤੇ ਜਲੰਧਰ ਦੇ ਫੌਜਦਾਰ ਕਮਰ ਬੇਗ ਨੇ ਆਪਣੀ ਹੀਠੀ ਸਮਝੀ ਤੇ ਇੱਕ ਫੌਜ ਲੈ ਕੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ। ਕਦੇ ਇਤਿਹਾਸ ਪੜ੍ਹੋ ਨਾ ਤੇ ਇਹ ਗੱਲ ਸਮਝ ਆਉਂਦੀ ਏ। ਗੁਰੂ ਨਾਨਕ ਦੇ ਘਰ ਨੇ ਕਦੇ ਕਿਸੇ ਤੇ ਧਾਵਾ ਨਹੀਂ ਬੋਲਿਆ। ਸਗੋਂ ਜੋ ਧੜ ਵੀ ਹੋ ਕੇ ਆਏ ਉਹਨਾਂ ਨੂੰ ਕਰਾਜਾ ਜਵਾਬ ਦਿੱਤਾ ਗੁਰੂ ਨਾਨਕ ਦਾ ਘਰ ਤੇ ਨਿਮਰਤਾ ਦਾ ਘਰ ਹੈ ਇਹ ਧੜਵੀਆਂ ਦਾ ਘਰ ਨਹੀਂ ਮੁਗਲਾਂ ਨੇ ਹਰ ਕਦਮ ਤੇ ਗੁਰੂ ਸਾਹਿਬ ਦੇ ਨਾਲ ਧੱਕਾ ਕਰਨ ਦਾ ਯਤਨ ਕੀਤਾ ਪਰ ਸਤਗੁਰੂ ਸਰਬੱਤ ਦੇ ਭਲੇ ਦੀ ਸੋਚ ਲੈ ਕੇ ਅਗਾਹ ਤੁਰਦੇ ਗਏ ਜਦੋਂ ਲੋੜ ਪਈ ਧੜਵੀਆਂ ਨੂੰ ਜਵਾਬ ਵੀ ਦਿੱਤੇ ਸਤਿਗੁਰੂ ਜੀ ਉਹਨਾਂ ਦਿਨਾਂ ਦੇ ਵਿੱਚ ਮਾਲਵੇ ਦੀ ਧਰਤੀ ਤੇ ਪ੍ਰਚਾਰ ਕਰ ਰਹੇ ਸਨ ਗੁਰੂ ਸਾਹਿਬ ਨਾਥ ਦੀ ਢਾਬ ਉੱਤੇ ਟਿਕਾਣਾ ਕੀਤਾ ਤੇ ਕਸਮਾਨ ਦੀ ਜੰਗ ਹੋਈ ਇੱਕ ਅੰਦਾਜ਼ੇ ਮੁਤਾਬਕ ਦੋਵਾਂ ਧਿਰਾਂ ਦੇ 1200 ਫੌਜੀ ਮਾਰੇ ਗਏ ਪਾਉ ਸਿੱਖਾਂ ਦਾ ਵੀ ਨੁਕਸਾਨ ਹੋਇਆ ਤੇ ਮੁਗਲ ਫੌਜ ਦਾ ਵੀ ਨੁਕਸਾਨ ਹੋਇਆ ਲੱਲਾ ਬੇਗ ਤੇ ਕਮਰ ਬੇਗ ਵੀ ਉਸ ਜੰਗ ਵਿੱਚ ਮਾਰੇ ਗਏ ਉਸ ਇਲਾਕੇ ਦੇ ਰਾਏ ਜੋਧੇ ਨੇ ਸਤਗੁਰੂ ਦੀ ਮਦਦ ਕੀਤੀ ਗੁਰੂ ਸਾਹਿਬ ਨੇ ਜੰਗ ਦੀ ਜਿੱਤ ਵਜੋਂ ਇੱਕ ਤਲਾਬ ਬਣਵਾਇਆ ਜਿਸ ਨੂੰ ਗੁਰੂ ਸਰ ਦਾ ਨਾਮ ਦਿੱਤਾ ਗਿਆ ਇਹ ਸੀ ਸਤਗੁਰਾਂ ਦੀ ਜ਼ਾਲਮ ਸਰਕਾਰ ਦੇ ਨਾਲ ਤੀਜੀ ਜੰਗ ਜਦੋਂ ਸ਼ਾਹਜਹਾਨ ਦੇ ਕੋਲ ਇਸ ਜੰਗ ਦੇ ਵੀ ਹਾਰਨ ਦੀ ਖਬਰ ਪਹੁੰਚੀ ਕਿ ਕਈਆਂ ਨੇ ਸਲਾਹ ਦਿੱਤੀ ਕਿ ਗੁਰੂ ਉੱਤੇ ਵੱਡਾ ਹਮਲਾ ਕਰਨਾ ਚਾਹੀਦਾ ਤੇ ਦੂਜੇ ਪਾਸੇ ਗੁਰੂ ਸਾਹਿਬ ਦਾ ਸਤਕਾਰ ਕਰਨ ਵਾਲੀ ਧਿਰ ਵੀ ਪਹੁੰਚ ਗਈ ਉਹਨਾਂ ਨੇ ਦੱਸਿਆ ਕਿ ਘੋੜੇ ਤਾਂ ਅਨਾਇਤ ਉੱਲਾ ਖਾਨ ਨੇ ਖੋਏ ਸਨ ਇਹਦੇ ਵਿੱਚ ਪਲਾ ਸਿੱਖਾਂ ਦਾ ਕੀ ਦੋਸ਼ ਉਹਨਾਂ ਨੇ ਤਾਂ ਆਪਣੇ ਘੋੜੇ ਵਾਪਸ ਲਏ ਨੇ ਸਿੱਖਾਂ ਨੇ ਕਿਸੇ ਇਲਾਕੇ ਤੇ ਕਬਜ਼ਾ ਨਹੀਂ ਕੀਤਾ ਉਸ ਸਮੇਂ ਸ਼ਾਹਜਹਾਨ ਨੇ ਪੰਜਾਬ ਦਾ ਦੌਰਾ ਕਰਨ ਦਾ ਮਨ ਬਣਾਇਆ ਤੇ ਸਤਗੁਰੂ ਵੀ ਉਥੋਂ ਕਰਤਾਰਪੁਰ ਵੱਲ ਚਲੇ ਗਏ ਗੁਰੂ ਸਾਹਿਬ ਜੀ ਨੇ ਮਾਲਵੇ ਵਿੱਚ ਪ੍ਰਚਾਰ ਉਸੇ ਤਰ੍ਹਾਂ ਜਾਰੀ ਰੱਖਿਆ ਸਨ 1632 ਕਰਤਾਰਪੁਰ ਆਣ ਟਿਕਾਣਾ ਕੀਤਾ ਗੁਰੂ ਜੀ ਦੀ ਫੌਜ ਵਿੱਚ ਇੱਕ ਪਹਿੰਦੇ ਖਾਨ ਨਾਮੀ ਪਠਾਨ ਜੋ ਗੁਰੂ ਜੀ ਦੀ ਫੌਜ ਵਿੱਚ ਹੁੰਦਿਆ ਹੋਇਆ ਵੀ ਸਾਜ਼ਿਸ਼ਾਂ ਕਰ ਰਿਹਾ ਸੀ ਦਿੱਲੀ ਤੇ ਲਾਹੌਰ ਨੂੰ ਲਿਖ ਚੁੱਕਾ ਸੀ ਜੇ ਮਦਦ ਕਰੋ ਤਾਂ ਮੈਂ ਗੁਰੂ ਦਾ ਥੇ ਮਿਟਾ ਦੇਆ ਉਸ ਨੇ ਕਈ ਵਾਰੀ ਹੁਕਮ ਅਦੂਲੀ ਵੀ ਕੀਤੀ ਸੀ ਅਖੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇ ਖਾਨ ਨੂੰ ਫੌਜ ਦੀ ਨੌਕਰੀ ਤੋਂ ਜਵਾਬ ਦੇ ਦਿੱਤਾ ਪੈਂਦੇ ਖਾਨ ਨੇ ਮੁਖਲਿਸ ਖਾਨ ਦੇ ਭਰਾ ਕਾਲੇ ਖਾਨ ਨੂੰ ਗੁਰੂ ਵਿਰੋਧ ਹਮਲਾ ਕਰਨ ਲਈ ਚੁੱਕਿਆ ਤੇ ਆਪ ਪੂਰੀ ਮਦਦ ਦੇਣ ਦਾ ਐਲਾਨ ਕੀਤਾ ਜਲੰਧਰ ਦੇ ਫੌਜਦਾਰ ਕੁੱਤਬਦੀਨ ਨੇ ਵੀ ਸਾਥ ਦਿੱਤਾ ਤੇ ਇਹਨਾਂ ਨੇ ਰਲ ਕੇ ਸਨ 1634 ਈਸਵੀ ਵਿੱਚ ਕਰਤਾਰਪੁਰ ਨੂੰ ਜਿੱਥੇ ਗੁਰੂ ਸਾਹਿਬ ਨੇ ਟਿਕਾਣਾ ਕੀਤਾ ਸੀ ਘੇਰੇ ਵਿੱਚ ਲੈ ਲਿਆ ਬਾਬਾ ਗੁਰਤੇਤਾ ਜੀ ਤੇ ਭਾਈ ਬਿਧੀ ਚੰਦ ਜੀ ਦੀ ਅਗਵਾਈ ਹੇਠ ਸਿੱਖ ਫੌਜਾਂ ਡਟ ਕੇ ਮੁਕਾਬਲਾ ਕਰਨ ਲੱਗ ਪਈਆਂ। ਧੰਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਲਾ ਨਾਮ ਸੀ ਬਾਬਾ ਤਿਆਗਮਲ ਤੇ ਉਮਰ ਲਗਭਗ 12 ਬਰੇ। ਇਸ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਜੋਹਰ ਵਿਖਾਏ। ਤੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਤੇਗ ਬਹਾਦਰ ਦਾ ਖitab ਦੇ ਕੇ ਨਵਾਜਿਆ ਪੈਂਦੇ ਖਾਨ ਨੇ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਨੂੰ ਲਲਕਾਰਿਆ ਆਮੋ ਸਾਹਮਣੇ ਲੜਾਈ ਵਿੱਚ ਪੈਂਦੇ ਖਾਨ ਨੇ ਲਗਾਤਾਰ ਗੁੱਸੇ ਵਿੱਚ ਕਈ ਵਾਰ ਕੀਤੇ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਸਾਰੇ ਹल्ल्या ਤੋਂ ਬਚਾ ਕੀਤਾ ਫੇਰ ਸਤਿਗੁਰਾਂ ਨੇ ਸਹਿਜੇ ਹੀ ਇੱਕ ਵਾਰ ਕੀਤਾ ਤੇ ਵਾਰ ਸਿੱਧਾ ਸਿਰ ਨੂੰ ਚੀਰ ਗਿਆ ਤੇ ਪੈਂਦੇ ਖਾਨ ਨੇ ਸਿਰ ਪੈਰਾਂ ਤੇ ਰੱਖ ਦਿੱਤਾ ਗੁਰੂ ਸਾਹਿਬ ਨੇ ਉਸ ਦਾ ਅੰਤਮ ਸਮਾਂ ਨੇੜੇ ਜਾਣ ਕੇ ਕਲਮਾ ਪੜਨ ਲਈ ਆਖਿਆ ਵੇਖੋ ਕਿਹਦਾ ਹੈ ਗਰੀਬ ਨਿਵਾਜ਼ ਦਾ ਜਿਸ ਪੈਂਦੇ ਖਾਨ ਨੂੰ ਅਨਾਥ ਜਾਣ ਕੇ ਪਾਲਿਆ ਸੀ ਆਪ ਯੁੱਧ ਵਿਦਿਆ ਸਿਖਲਾਈ ਸੀ ਉਹੀ ਪੈਂਦੇ ਖਾਂ ਗਦਾਰੀ ਕਰ ਗਿਆ ਦੁਸ਼ਮਣ ਨਾਲ ਰਲ ਗਿਆ ਤੇ ਜਦੋਂ ਆਹਮੋ ਸਾਹਮਣੇ ਹੋਇਆ ਪਹਿਲੇ ਸਤਿਗੁਰਾਂ ਨੇ ਉਸ ਨੂੰ ਵਾਰ ਕਰਨ ਲਈ ਪ੍ਰੇਰਿਆ ਪਰ ਉਹਦੇ ਸਾਰੇ ਵਾਰ ਵਿਅਰਥ ਗਏ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲਾ ਵਾਰ ਕੀਤਾ ਉਸ ਤੋਂ ਚੱਲਿਆ ਨਾ ਗਿਆ ਜਿਹੜਾ ਆਪਣੇ ਆਪ ਨੂੰ ਗੁਰੂ ਤੋਂ ਵੀ ਤਖੜਾ ਜਾਣਦਾ ਸੀ ਜਦੋਂ ਮੌਤ ਨੇੜੇ ਆਈ ਅੱਖਾਂ ਖੁੱਲ ਗਈਆਂ ਇਸ ਗੁਰੂ ਨਾਲ ਮੈਂ ਵੈਰ ਪਾਇਆ ਮੈਨੂੰ ਤਾਂ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ ਮੇਰੇ ਸਤਗੁਰਾਂ ਨੇ ਢਾਲ ਦੀ ਛਾਂ ਕੀਤੀ ਪਹਿੰਦੇ ਖਾ ਕਲਮਾ ਪੜ ਜਾਗ ਗਿਰਨ ਲਾਗ ਕਹਿ ਗੁਰ ਉਧਾਰ ਤਬ ਤੁਰਕ ਜਨਮ ਕਲਮਾ ਉਚਾਰ ਪਹਿੰਦੇ ਖਾਂਦੇ ਹੱਥ ਜੁੜ ਗਏ ਅਖੰਡ ਗਾ ਸਤਿਗੁਰੂ ਆਪ ਜੀ ਨੇ ਜੋ ਤਲਵਾਰ ਮੇਰੇ ਸਰੀਰ ਤੇ ਪੇਟਾ ਕੀਤੀ ਏ ਆਪ ਜੀ ਦੀ ਤਲਵਾਰ ਹੀ ਮੇਰੇ ਲਈ ਕਲਮਾ ਹੈ ਤੁਮਰੀ ਤਲਵਾਰ ਕਰਮਾ ਹੋਏ ਲਾਗੀ ਸਤਗੁਰਾਂ ਨੇ ਆਪਣੀ ਢਾਲ ਨਾਲ ਮਰੇ ਹੋਏ ਪਹਿੰਦੇ ਖਾਂ ਤੇ ਛਾਂ ਕੀਤੀ ਕਾਲੇ ਖਾਨ ਨੇ ਵੀ ਉੱਥੇ ਦਮ ਤੋੜਿਆ ਸਾਰੀ ਫੌਜ ਵਿੱਚ ਕਬਰਾੜ ਫੈਲ ਗਈ ਜਿਸ ਪਾਸੇ ਕਿਸੇ ਦਾ ਮੂੰਹ ਹੋਇਆ ਭੱਜ ਉੱਠਿਆ ਸਤਿਗੁਰੂ ਨੂੰ ਇਸ ਜੰਗ ਵਿੱਚ ਫਤਿਹ ਪ੍ਰਾਪਤ ਹੋਈ ਹੁਣ ਸ਼ਾਹੀ ਫੌਜਾਂ ਵੱਲੋਂ ਹਮਲੇ ਦਾ ਕੋਈ ਖਤਰਾ ਨਹੀਂ ਸੀ ਸ਼ਾਹੀ ਫੌਜਾਂ ਦੇ ਹਾਕਮ ਆਪਣੀ ਗਲਤੀ ਦਾ ਅਹਿਸਾਸ ਕਰ ਰਹੇ ਸਨ ਗੁਰੂ ਸਾਹਿਬ ਨੇ ਕੀਰਤਪੁਰ ਹੀ ਟਿਕਾਣਾ ਬਣਾਉਣਾ ਠੀਕ ਸਮਝਿਆ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਜਾਣ ਲਿਆ ਕਿ ਪ੍ਰਚਾਰ ਦੇ ਕੰਮ ਵਿੱਚ ਜਿਹੜੀ ਲੋੜ ਹੈ ਉਸ ਦੇ ਅਨੁਸਾਰ ਇਹਨੂੰ ਪੂਰਿਆ ਕਰਨਾ ਚਾਹੀਦਾ ਹੈ। ਬਾਬਾ ਗੁਰਦਤਾ ਜੀ ਜਿੱਥੇ ਗ੍ਰਸਤੀ ਸਨ ਉੱਥੇ ਇੱਕ ਸੰਤ ਤੇ ਪ੍ਰਚਾਰਕ ਵੀ ਸਨ। ਬਾਬਾ ਗੁਰਦਿੱਤਾ ਜੀ ਦਾ ਮੂਹ ਮਹਾਂਦਰਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਹੁਤ ਮਿਲਦਾ ਸੀ। ਸ੍ਰੀ ਚੰਦ ਜੀ ਦੀ ਖਾਹਿਸ਼ ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਬਾਣਾ ਧਾਰਨ ਕਰਨ ਦੀ ਆਗਿਆ ਦਿੱਤੀ। ਬਾਬਾ ਸ੍ਰੀ ਚੰਦ ਜੀ ਨੇ ਉਦਾਰ ਚਿੱਤ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਅਸਾਥੋਂ ਕੁਝ ਮੰਗੋ ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੈ। ਪਰ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸਿਰ ਔੜਨੀ ਉਤਾਰ ਕੇ ਬਾਬਾ ਗੁਰਦਿੱਤਾ ਜੀ ਦੇ ਸਿਰ ਤੇ ਰੱਖ ਦਿੱਤੀ ਤੇ ਫਰਮਾਇਆ ਅਸੀਂ ਆਪਣਾ 100 ਵਰਿਆਂ ਦਾ ਕਮਾਇਆ ਤਪ ਇਹਨਾਂ ਨੂੰ ਬਖਸ਼ਦੇ ਹਾਂ ਗੁਰੂ ਨਾਨਕ ਦੀ ਗੁਰਿਆਈ ਤਾਂ ਅੱਗੇ ਹੀ ਆਪ پاسੀ ਸਾਡੇ ਪਾਸ ਤਾਂ ਕੇਵਲ ਫਕੀਰੀ ਸੀ ਉਹ ਵੀ ਆਪ ਜੀ ਦੇ ਘਰ ਨੂੰ ਸੌਂਪਦੇ ਹਾਂ ਉਦਾਸੀ ਤੇ ਸਿੱਖ ਲਹਿਰ ਦੇ ਮੇਲ ਨੇ ਆਉਣ ਵਾਲੇ ਵਿਖੜੇ ਸਮੇਂ ਵਿੱਚ ਸਿੱਖਾਂ ਦੀ ਚੰਗੀ ਮਦਦ ਕੀਤੀ। ਸੋ ਗੁਰੂ ਘਰ ਦੀ ਅਜ਼ਮਤ ਤੇ ਵਡਿਆਈ ਜੋ ਕਹਿਣ ਤੇ ਕਥਨ ਤੋਂ ਬਾਹਰ ਹੈ। ਸਤਿਗੁਰੂ 6ਵੇਂ ਪਾਤਸ਼ਾਹ ਨੇ ਇਸ ਕਮਾਈ ਨੂੰ ਆਪ ਤਰਸ ਕਰਕੇ ਜਗਤ ਵਿੱਚ ਵੰਡਿਆ ਤੇ ਸਾਰੇ ਜਗਤ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਦੀ ਦੋਹੀ ਫਰੀ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮੁੱਚੇ ਜਗਤ ਦੇ ਵਿੱਚ ਪ੍ਰੇਮ ਸਹਿਤ ਸਿੱਖੀ ਦਾ ਪ੍ਰਚਾਰ ਕੀਤਾ